हाय फ्रेंड्स वेलकम कर दिया ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਮੀਤ ਅਕੈਡਮੀ ਦੇ ਉੱਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਕਿਉਂਕਿ ਅੱਜ ਮੈਂ ਤੁਹਾਡੇ ਲਈ ਬਹੁਤ ਵਧੀਆ ਟੌਪਿਕ ਲੈ ਕੇ ਆਈ ਹਾਂ ਪ੍ਰਧਾਨ ਮੰਤਰੀ ਦੀ ਇੱਕ ਯੋਜਨਾ ਹੈ ਪ੍ਰਧਾਨ ਮੰਤਰੀ ਜਨਤਨ ਯੋਜਨਾ ਉਹਦੇ ਵਿੱਚ ਪੈਸੇ ਆਣੇ ਸ਼ੁਰੂ ਹੋ ਚੁੱਕੇ ਆ ਤੁਹਾਡੇ ਅਕਾਊਂਟ ਦੇ ਵਿੱਚ ਜੀ ਪੈਸੇ ਆਏ ਆ ਜਾਂ ਨਹੀਂ ਆ ਕਿੱਦਾਂ ਚੈੱਕ ਕਰਨਾ ਹੈ ਔਰ ਤੁਸੀਂ ਕਿੱਦਾਂ ਲੈ ਸਕਦੇ ਹੋ ਵੀ ਮੈਂ ਤੁਹਾਨੂੰ ਦੱਸਾਂਗੀ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਔਰ ਵੱਧ ਤੋਂ ਵੱਧ ਵੀਡੀਓ ਨੂੰ ਪੂਰੇ ਪੰਜਾਬ ਚ ਸ਼ੇਅਰ ਕਰਨਾ ਤਾਂ ਕਿ ਸਾਰਿਆਂ ਦੇ ਲਈ ਇਹ ਵੀਡੀਓ ਹੈਲਪਫੁਲ ਹੋਵੇ ਤਾਂ ਆਪਾਂ ਬਰੀਫ ਦੇ ਵਿੱਚ ਗੱਲ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਇਸੇ ਤਰ੍ਹਾਂ ਤੁਸੀਂ ਚਾਹਦੇ ਹੋ ਹਰ ਰਿਕਰੂਟਮੈਂਟ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਆਜਰੇ ਔਰ ਰਿਕਰੂਟਮੈਂਟ ਦੇ ਨਾਲ ਨਾਲ ਜੋ ਵੀ ਸੈਂਟਰਲ ਦੀਆਂ ਔਰ ਪੰਜਾਬ ਦੀਆਂ ਨਵੀਆਂ ਸਕੀਮਾਂ ਆਉਂਦੀਆਂ ਚਾਹੇ ਉਹ ਐਜੂਕੇਸ਼ਨ ਨਾਲ ਰਿਲੇਟਡ ਹੋਣ ਚਾਹੀਏ ਔਰ ਏਮਪਲੋਇਮੈਂਟ ਨਾਲ ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਇਹਦੇ ਨਾਲ ਤੁਹਾਨੂੰ ਨੋਟੀਫਿਕੇਸ਼ਨ ਉਸੇ ਟਾਈਮ ਆ ਜਾਏਗਾ ਜਦ ਵੀ ਮੈਂ ਤੁਹਾਡੇ ਲਈ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ ਤਾਂ ਹੁਣ ਆਪਾਂ ਗੱਲ ਕਰਾਂਗੇ ਕਿਹੜੀ ਯੋਜਨਾ ਹੈ ਔਰ ਤਾਨੂੰ ਕਿੱਦਾਂ ਇਹ ਪੈਸੇ ਮਿਲਣਗੇ ਤੁਹਾਨੂੰ ਮੈਂ ਸਾਰਾ ਡਿਟੇਲ ਦੇ ਵਿੱਚ ਦੱਸਾਂਗੀ ਔਰ ਦੱਸਣਾ ਚਾਹਾਂਗੀ ਪੰਜਾਬ ਦੇ ਵਿੱਚ ਆਲਰੇਡੀ 10 ਤੋਂ 12 ਨਵੇਂ ਨੋਟੀਫਿਕੇਸ਼ਨ ਆ ਚੁੱਕੇ ਜਿਹੜੇ ਕਿ ਰਿਕਰੂਟਮੈਂਟ ਤੇ ਆ ਲੋਕਲ ਗਵਰਨਮੈਂਟ ਦੇ ਔਰ ਉਹਦੇ ਲਈ ਤੁਸੀਂ ਸਾਡੀ ਆਫੀਸ਼ੀਅਲ ਵੈਬਸਾਈਟ www.clory.com ਤੇ ਵਿਜ਼ਿਟ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਆ ਔਰ ਕਾਫੀ سارے ਕੈਂਡੀਡੇਟਸ ਨੇ ਕਮੈਂਟਸ ਆ ਰਹੇ ਆ ਕਿ ਪੰਜਾਬ ਦਾ ਜਿਹੜਾ ਕਰਫਿਊ ਈ ਪਾਸ ਉਹ ਕਿੱਦਾਂ ਬਣੇਗਾ ਉਹ ਤੁਹਾਨੂੰ ਪ੍ਰੋਪਰ ਨਹੀਂ ਪਤਾ ਚੱਲ ਪਾਰਿਆ ਜੇ ਤੁਸੀਂ ਚਾਹਦੇ ਹੋ ਉਸ ਟੌਪਿਕ ਤੇ ਵੀ ਵੀਡੀਓ ਆਵੇ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਕਮੈਂਟ ਜ਼ਿਆਦਾ ਹੋਏ ਤਾਂ ਤੁਹਾਡੇ ਲਈ ਉਹ ਵੀਡੀਓ ਵੀ ਜ਼ਰੂਰ ਆਉਂਗੀ ਕਰਫਿਊ ਈ ਪਾਸ ਤੁਸੀਂ ਕਿੱਦਾਂ ਅਪਲਾਈ ਕਰਨਾ ਹੈ ਬਿਨਾ ਟਾਈਮ ਵੇਸਟ ਕੀਤੇ ਆਪਾਂ ਗੱਲ ਕਰਾਂਗੇ ਪ੍ਰਧਾਨ ਮੰਤਰੀ ਜਨ ਤਨ ਯੋਜਨਾ ਵਾਸਤੇ ਤੁਸੀਂ ਕਿੱਦਾਂ ਅਪਲਾਈ ਕਰਨਾ ਹੈ ਸਭ ਤੋਂ ਪਹਿਲਾਂ ਦੇਖੋ ਤੁਸੀਂ ਇਸ ਵੈਬਸਾਈਟ ਤੇ ਜਾਣਾ ਹੈ ਜਿਹੜੀ ਮੈਂ ਤੁਹਾਨੂੰ ਮਾਰਕ ਕਰਕੇ ਦੱਸ ਰਹੀ ਹਾਂ pmjdy.gov.in ਜਿਹੜਾ ਸੈਂਟਰਲ ਗਵਰਨਮੈਂਟ ਦੀ ਵੈਬਸਾਈਟ ਹੈ ਜਦੋਂ ਤੁਸੀਂ ਇਸ ਵੈਬਸਾਈਟ ਤੇ ਜਾਓਗੇ ਤਾਂ ਥੋੜਾ ਜਿਹਾ ਤੁਸੀਂ ਸਕਰੋਲ ਕਰਨਾ ਹੈ ਇਵੇਂ ਮੋਬਾਈਲ ਤੇ ਖੋਲੇ ਆ ਮੈਂ ਡੈਸਕਟਾਪ ਸਕਰੀਨ ਨੇ ਸਿਲੈਕਟ ਕੀਤੀ ਹੈ ਜੇ ਤੁਸੀਂ ਡੈਸਕਟਾਪ ਸਕਰੀਨ ਵੀ ਸਿਲੈਕਟ ਕਰੋਗੇ ਫੇਰ ਵੀ ਤੁਹਾਡੇ ਕੋਲ ਸੇਮ ਇੰਟਰਫੇਸ ਆਪਨ ਹੋਊਗਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਪਹਿਲਾ ਆਪਸ਼ਨ ਜਿਹੜਾ ਈ ਡਾਕੂਮੈਂਟ ਦਾ ਉਸ ਤੋਂ ਬਾਅਦ ਆ ਤੁਸੀਂ ਦੋ ਆਪਸ਼ਨ ਦੇਖ ਪਾ ਰਹੇ ਹੋ ਅਕਾਊਂਟ ਓਪਨਿੰਗ ਹਿੰਦੀ ਦਾ ਔਰ ਅਕਾਊਂਟ ਓਪਨਿੰਗ ਇੰਗਲਿਸ਼ ਦਾ ਇਹ ਹੈਗੇ ਜਿਹੜੇ ਫਾਰਮ ਹੈ ਜਿਹੜਾ ਤੁਸੀਂ ਜਨਤਨ ਅਕਾਊਂਟ ਜਿਹੜਾ ਖੁਲਵਾਉਣਾ ਹੈ ਉਹਦੇ ਵਾਸਤੇ ਫਾਰਮ ਹੈ ਠੀਕ ਹੈ ਔਰ ਜੇ ਤੁਸੀਂ ਖਾਤਾ ਪਹਿਲਾਂ ਤੋਂ ਖੁਲਵਾ ਚੁੱਕੇ ਆਂ ਔਰ ਜੇਕਰ ਤੁਹਾਡਾ ਜਨਤਨ ਖਾਤਾ ਨਹੀਂ ਹੈਗਾ ਤਾਂ ਤੁਸੀਂ ਇਹ ਫਾਰਮ ਜਿਹੜਾ ਡਾਊਨਲੋਡ ਕਰਕੇ ਫਿਲ ਕਰਨਾ ਹੈ ਫਿਲ ਕਰਕੇ ਜਿਹੜਾ ਤੁਸੀਂ ਬੈਂਕ ਦੇ ਵਿੱਚ ਜਾਣਾ ਹੈ ਜਿਹੜਾ ਪਹਿਲਾਂ ਤੁਸੀਂ ਇਹਨਾਂ ਨੂੰ ਪ੍ਰਿੰਟ ਆਊਟ ਕਰਨਾ ਜੇ ਤੁਸੀਂ ਹਿੰਦੀ 'ਚ ਭਰਨਾ ਹੈ ਤਾਂ ਹਿੰਦੀ ਵਾਲਾ ਡਾਊਨਲੋਡ ਕਰਕੇ ਇਹਦਾ ਪ੍ਰਿੰਟ ਆਊਟ ਪ੍ਰਿੰਟ ਆਊਟ ਤੁਸੀਂ ਕੱਟ ਕੇ ਫਿਲ ਕਰਕੇ ਬੈਂਕ 'ਚ ਜਾਣਾ ਹੈ ਕਿ ਸਾਡਾ ਜਨ ਪਟ ਜੇਕਰ ਤੁਸੀਂ ਡਾਇਰੈਕਟ ਬੈਂਕ ਦੇ ਵਿੱਚ ਵੀ ਜਾਉਂਗੇ ਸਰਕਾਰੀ ਬੈਂਕ ਦੇ ਵਿੱਚ ਹੀ ਤੁਸੀਂ ਖੋਲ ਸਕਦੇ ਆ ਸਰਕਾਰੀ ਬੈਂਕ ਦੇ ਵਿੱਚ ਜਾਉਂਗੇ ਉੱਥੇ ਵੀ ਤੁਹਾਨੂੰ ਜਿਹੜਾ ਫਾਰਮ ਮਿਲ ਜੇਗਾ ਠੀਕ ਹੈ ਉੱਥੇ ਜਾ ਕੇ ਤੁਸੀਂ ਬਸ ਇਹ ਖਾਤਾ ਆਪਣਾ ਖੁਲਵਾਣਾ ਹੈ ਔਰ ਨਾਲ ਤੁਸੀਂ ਜਿਹੜੇ ਡਾਕੂਮੈਂਟ ਲੈ ਕੇ ਜਾਣੇ ਇੱਕ ਆਧਾਰ ਕਾਰਡ ਦੀ ਕਾਪੀ ਲੈ ਕੇ ਜਾਣੀ ਹੈ ਔਰ ਪੈਨ ਕਾਰਡ ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫ ਜਿਹੜਿਆ ਉਹ ਤੁਸੀਂ ਨਾਲ ਲੈ ਕੇ ਜਾਣੀ ਹੈ ਔਰ 4 ਤੋਂ 5 ਦਿਨ ਦੇ ਅੰਦਰ ਤੁਹਾਡਾ ਇਹ ਖਾਤਾ ਖੁੱਲ ਜਾਊਗਾ ਔਰ ਇਹ ਖਾਤੇ ਦੇ ਵਿੱਚ ਤੁਹਾਡੇ ਪੈਸੇ ਆਨੇ ਸ਼ੁਰੂ ਹੋ ਜਾਣਗੇ ਵੱਧ ਤੋਂ ਵੱਧ ਵੀਡੀਓ ਨੂੰ ਪੰਜਾਬ ਦੇ ਵਿੱਚ ਪੂਰੇ ਸ਼ੇਅਰ ਕਰਿਓ ਜੇ ਤੁਹਾਡਾ ਕੁਐਸਚਨ ਹੈ ਕੋਈ ਕ